ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਕੀ ਹਾਲ ਆ ਦੋਸਤੋ। ਇੱਕ ਯੂਕੇ ਨੇ ਇੰਗਲੈਂਡ ਨੇ ਨਵਾਂ ਵਰਕ ਪਰਮਿਟ ਓਪਨ ਕੀਤਾ ਆ। ਵੈਸੇ ਇਹ ਵਰਕ ਪਰਮਿਟ ਪਿਛਲੇ ਵੀ ਟਾਈਮ ਤੋਂ ਚੱਲਦਾ ਸੀਗਾ, ਪਰ ਉਹ ਦੋ ਤਰ੍ਹਾਂ ਦੇ ਅੱਗੇ ਵਰਕ ਪਰਮਿਟ ਇਹਦੇ ਵਿੱਚ ਚੱਲਦੇ ਸੀ, ਉਹ ਦੋਨੀ ਤਰ੍ਹਾਂ ਦੇ ਇਹਨਾਂ ਨੇ ਬੰਦ ਕਰਤੇ ਆ। ਅਤੇ ਉਹ ਦੋਨੀ ਵਰਕ ਪਰਮਿਟ ਨੂੰ ਮਿਲਾ ਕੇ ਇੱਕ ਨਵੀਂ ਚੀਜ਼ ਲੈ ਕੇ ਆਏ ਆ, ਤੀਜਾ ਵਰਕ ਪਰਮਿਟ। ਅਤੇ ਉਹਨਾਂ ਵਿੱਚੋਂ ਕੁਛ ਵਧੀਆ ਚੀਜ਼ਾਂ ਚੱਕ ਕੇ ਜੋ ਉਹਨਾਂ ਦੇ ਵਿੱਚ ਥੋੜ੍ਹਾ ਔਖਾ ਸੀਗਾ ਜਾਂ ਥੋੜ੍ਹਾ ਚੇਂਜ ਕਰਨ ਦੀ ਲੋੜ ਸੀ, ਉਹ ਚੇਂਜ ਕਰਕੇ ਤਾਂ ਇੱਕ ਨਵੀਂ ਚੀਜ਼ ਲੈ ਕੇ ਆਏ ਆ, ਇਨਵਾਈਟਰ ਫਾਊਂਡਰ ਵੀਜ਼ਾ। ਇਹਦਾ ਮਤਲਬ ਆ ਕਿ ਤੁਹਾਨੂੰ ਕੋਈ ਜੇ ਇੱਥੇ ਇਨਵਾਈਟ ਕਰਦਾ ਆ ਬਿਜ਼ਨਸ ਵਾਸਤੇ, ਅਤੇ ਉਹ ਹੋਮ ਆਫਿਸ ਦੇ ਵਿੱਚ ਇੱਥੇ ਡਿਟੇਲ ਦਿੰਦਾ ਆ, ਅਤੇ ਤੁਸੀਂ ਇੱਥੇ 3 ਸਾਲ ਦੇ ਵਰਕ ਪਰਮਿਟ 'ਤੇ ਆ ਸਕਦੇ ਆ ਬਿਜ਼ਨਸ ਕਰਨ ਵਾਸਤੇ। ਨੋਰਮਲ ਜੋਬ ਕਰਨ ਵਾਸਤੇ ਨਹੀਂ, ਬਿਜ਼ਨਸ ਕਰਨ ਵਾਸਤੇ ਆ ਸਕਦੇ ਹਾਂ, ਠੀਕ ਹੈ ਜੀ। ਅਤੇ ਉਹਦੇ ਵਿੱਚ ਤੁਸੀਂ ਆਪਣੀ ਵਾਈਫ ਆਪਣੇ ਬੱਚੇ ਵੀ ਲਿਆ ਸਕਦੇ ਪੂਰੀ ਫੈਮਿਲੀ ਨਾਲ, ਠੀਕ ਹੈ ਜੀ। ਉਹਨਾਂ ਕੋਲ ਓਪਨ ਵਰਕ ਪਰਮਿਟ ਹੋਊਗਾ ਅਤੇ ਉਹ ਇੱਥੇ ਕੋਈ ਵੀ ਕੰਮ ਕਰ ਸਕਦੇ ਆ, ਵਾਈਫ ਤੁਹਾਡੀ ਜਿਨ੍ਹਾਂ ਨੇ ਓਪਨ ਵਰਕ ਪਰਮਿਟ 'ਤੇ ਡਿਪੈਂਡੈਂਟ ਵੀਜ਼ੇ 'ਤੇ ਆਉਣਾ ਆ। ਪਰ ਤੁਹਾਨੂੰ ਇੱਥੇ ਬਿਜ਼ਨਸ ਕਰਨਾ ਪੈਣਾ ਆ, ਤੁਹਾਨੂੰ ਉਹਦੀ ਪੋਲਿਸੀ ਜੇ ਤੁਹਾਨੂੰ ਇਨਵਾਈਟ ਕਰਨਾ ਜਦੋਂ ਤੁਸੀਂ ਡਾਕੂਮੈਂਟ ਕੇਸ ਅਪਲਾਈ ਕਰਨਾ ਆ, ਉਹ ਤੁਸੀਂ ਕਿਹੜਾ ਬਿਜ਼ਨਸ ਇੱਥੇ ਆ ਕੇ ਖੋਲ੍ਹਣਾ ਆ, ਉਹ ਤੁਹਾਨੂੰ ਪੂਰੀ ਪੋਲਿਸੀ ਪੂਰੀ ਪਲੈਨਿੰਗ ਇੱਥੇ ਦੇਣੀ ਪੈਣੀ ਆ। ਅਤੇ ਦੂਸਰਾ ਆ ਕਿ ਤੁਹਾਨੂੰ ਉੱਥੇ ਤੁਹਾਡੇ ਕੋਲ ਕਿੰਨਾ ਪੈਸਾ, ਤੇਰੇ ਕੋਲ 50,000 ਪਹਿਲਾਂ 50,000 ਪਾਉਂਡ ਸੀ, ਹੁਣ ਥੋੜ੍ਹਾ ਘਟਾ ਦਿੱਤਾ ਆ, ਅਤੇ ਉਹ ਤੁਹਾਨੂੰ ਸ਼ੋਅ ਕਰਨਾ ਪੈਣਾ ਆ ਕਿ ਅਸੀਂ ਇੰਨਾ ਪੈਸਾ ਲਿਜਾ ਕੇ ਯੂਕੇ ਦੇ ਵਿੱਚ ਇਨਵੈਸਟ ਕਰਨਾ ਆ। ਅਤੇ ਇੱਕ ਤੁਹਾਨੂੰ ਜਿਹੜਾ ਵੀ ਤੁਸੀਂ ਬਿਜ਼ਨਸ ਖੋਲ੍ਹਣਾ ਆ, ਇੱਕ ਬ੍ਰਿਟਿਸ਼ ਪੀਪਲ ਤੁਹਾਨੂੰ ਜੋਬ 'ਤੇ ਰੱਖਣਾ ਪੈਣਾ ਆ, ਉਹ ਇਹਨਾਂ ਦਾ ਕਾਨੂੰਨ ਆ। ਅਤੇ ਇਹਦੇ ਵਿੱਚ ਤੁਹਾਨੂੰ ਕੁਛ 3 ਸਾਲ ਬਾਅਦ ਤੁਹਾਨੂੰ ਇਹ PR ਔਫਰ ਕਰਦੇ ਆ। 3 ਸਾਲ ਤੁਸੀਂ ਇੱਥੇ ਸਹੀ ਬਿਜ਼ਨਸ ਕਰਦੇ ਆ, ਕੋਈ ਟੈਕਸ ਚੋਰੀ ਨਹੀਂ, ਕੋਈ ਫਰੋਡ ਨਹੀਂ, ਕੋਈ ਇੱਦਾਂ ਦੀ ਹੇਰਾਫੇਰੀ ਨਹੀਂ ਕਰਦੇ। 3 ਸਾਲ ਬਾਅਦ ਤੁਹਾਨੂੰ ਇਹ ਬਿਜ਼ਨਸ ਔਫਰ PR ਔਫਰ ਕਰਦੇ ਆ, ਠੀਕ ਹੈ ਜੀ। ਇਹਦੇ ਵਿੱਚ ਜੋ ਰਿਕੁਆਇਰਮੈਂਟਾਂ ਆ, ਲਾਸਟ 28 ਦਿਨ ਦਾ ਤੁਹਾਡੇ ਅਕਾਊਂਟ ਦੇ ਵਿੱਚ 1270 ਪਾਉਣ ਚਾਹੀਦੇ ਆ ਅਪਲਾਈ ਕਰਨ ਤੋਂ ਪਹਿਲਾਂ, ਲਾਸਟ 28 ਡੇ ਦੇ 1270 ਪਾਉਂਡ। ਦੂਸਰਾ, B2 ਇੰਗਲਿਸ਼ ਟੈਸਟ ਜ਼ਰੂਰੀ ਆ ਤੁਹਾਡੇ ਲਈ, B2 ਇੰਗਲਿਸ਼ ਟੈਸਟ, ਠੀਕ ਆ ਜੀ। ਤੀਸਰਾ, ਤੁਹਾਡੇ ਬੱਚਿਆਂ ਦਾ TV ਟੈਸਟ ਹੋਣਾ ਜ਼ਰੂਰੀ ਆ, ਇੱਕ ਡਿਫਰੈਂਟ ਟੈਸਟ ਹੁੰਦਾ ਆ, ਉਹ ਹੋਣਾ ਜ਼ਰੂਰੀ ਆ। ਅਤੇ ਚੌਥਾ, ਤੁਸੀਂ ਜਿਹੜਾ ਇੱਥੇ ਬਿਜ਼ਨਸ ਖੋਲ੍ਹਣਾ ਆ, ਅਤੇ ਉਹ ਤੁਸੀਂ ਪੈਸੇ ਬਿਸ਼ੱਕ ਤੁਸੀਂ ਉੱਥੇ ਕੁਛ ਵੇਚ ਕੇ ਲੈ ਕੇ ਆ ਰਹੇ ਆ ਜਾਂ ਕੁਛ ਕਿਸੇ ਤੋਂ ਮੰਗ ਕੇ ਲੈ ਕੇ ਆ ਰਹੇ ਆ, ਕੋਈ ਮੈਟਰ ਨਹੀਂ ਹੈਗਾ। ਤੁਹਾਡਾ ਸਿਰਫ ਇੱਥੇ ਤੁਸੀਂ ਪੈਸੇ ਸ਼ੋਅ ਕਰਨੇ, ਇੰਨੇ ਲਿਆ ਕੇ ਅਸੀਂ ਇੱਥੇ ਇਸ ਕੰਟਰੀ ਦੇ ਵਿੱਚ ਲਾਉਣੇ ਆ, ਠੀਕ ਹੈ ਜੀ। ਕਿਉਂਕਿ ਬੱਚਿਆਂ ਦਾ TV ਟੈਸਟ ਹੋਣਾ ਬਹੁਤ ਜ਼ਰੂਰੀ ਆ, ਅਤੇ ਉਹ ਤੋਂ ਬਗੈਰ ਤੁਸੀਂ ਬੱਚੇ ਨਹੀਂ ਲਿਆ ਸਕਦੇ। ਅਤੇ ਨੰਬਰ 2, B2 ਜਿਹੜਾ ਇੰਗਲਿਸ਼ ਟੈਸਟ ਆ, ਉਹ ਤੁਹਾਡੇ ਲਈ ਲਾਜ਼ਮੀ ਆ, ਕਿਉਂਕਿ ਉੱਥੇ ਤੁਹਾਡੇ ਦਿੱਲੀ ਐਮਬੈਸੀ 'ਚ ਇੰਟਰਵਿਊ ਹੋਣੀ ਆ। ਉਹਦੇ ਵਿੱਚ 85% ਤੁਹਾਨੂੰ ਇੰਗਲਿਸ਼ ਆਉਣੀ, ਬੋਲਣੀ ਅਤੇ ਸਮਝਣੀ ਆਉਣੀ ਚਾਹੀਦੀ ਆ। 85% ਬੋਲਣੀ ਅਤੇ ਸਮਝਣੀ ਆਉਣੀ ਚਾਹੀਦੀ ਆ ਇੰਗਲਿਸ਼, ਠੀਕ ਹੈ ਜੀ। ਅਤੇ ਉਹ ਜੇ ਤੁਹਾਨੂੰ ਇਨਵਾਈਟ ਕਰਨਾ ਆ, ਇਨਵਾਈਟ ਲੈਟਰ ਨਾਲ ਚਾਹੀਦਾ ਆ, ਮਤਲਬ ਕਿ ਤੁਹਾਡਾ ਇੱਥੇ ਕੋਈ ਰਿਸ਼ਤੇਦਾਰ ਆ ਕੁਛ ਵੀ ਆ, ਜੇ ਉਹ ਬਿਜ਼ਨਸ ਪਾਰਟਨਰ ਤੁਹਾਨੂੰ ਆਪਣੇ ਨਾਲ ਬਣਾਉਣਾ ਚਾਹੁੰਦਾ ਆ, ਜਾਂ ਉਹ ਤੁਹਾਨੂੰ ਕੋਈ ਇੱਦਾਂ ਦੀ ਚੀਜ਼ ਲੈ ਕੇ ਸ਼ੋਪ ਖਰੀਦਣ 'ਚ ਜਾਂ ਕੁਛ ਵੀ ਖੋਲ੍ਹਣ 'ਚ ਮਦਦ ਕਰਨਾ ਚਾਹੁੰਦਾ ਆ, ਅਤੇ ਉਹਦਾ ਲੈਟਰ ਨਾਲ ਚਾਹੀਦਾ ਆ। ਅਤੇ ਦੂਸਰੀ ਗੱਲ ਆ ਕਿ ਤੁਸੀਂ ਬਹੁਤ ਇਹ ਪੁੱਛਦੇ ਸਟੇਟਮੈਂਟ ਕਿੰਨੀ ਚਾਹੀਦੀ, ਪੈਸੇ ਕਿੰਨੇ ਚਾਹੀਦੇ, ਉਹ ਮੈਂ ਦੱਸਦਾ, 1270 ਪਾਉਂਡ ਤੁਹਾਡੇ ਲਾਸਟ 28 ਦਿਨ ਦਾ ਤੁਹਾਡੇ ਅਕਾਊਂਟ 'ਚ ਹੋਣਾ ਚਾਹੀਦਾ, ਉੱਪਰ ਜਿੰਨਾ ਮਰਜ਼ੀ ਆ, ਠੀਕ ਹੈ, ਕੋਈ ਚੱਕਰ ਨਹੀਂ ਹੈਗਾ। ਅਤੇ ਘੱਟੋ ਘੱਟ 1270 ਪਾਉਂਡ ਉੱਪਰ ਜਿੰਨਾ ਮਰਜ਼ੀ ਆ, ਇਦੋਂ ਥੱਲੇ ਬੈਲੈਂਸ ਨਹੀਂ ਚਾਹੀਦਾ ਤੁਹਾਡੇ ਅਕਾਊਂਟ ਦੇ ਵਿੱਚ। ਅਤੇ 3 ਸਾਲ ਦਾ ਸਟਾਰਟਿੰਗ 'ਚ ਵੀਜ਼ਾ ਤੁਹਾਡਾ ਲੱਗਣਾ ਆ, ਵਾਈਫ ਦਾ ਅਤੇ ਬੱਚਿਆਂ ਦਾ। ਬੱਚਿਆਂ ਦਾ ਮੈਡੀਕਲ ਫਰੀ ਹੋਣਾ, ਬੱਚਿਆਂ ਦੀ ਸਟੱਡੀ ਇੱਥੇ ਫਰੀ ਹੋਣੀ ਆ। ਅਤੇ ਜੋ ਵੀ ਇੱਥੇ ਇੱਕ ਬ੍ਰਿਟਿਸ਼ ਬੱਚੇ ਨੂੰ ਸਹੂਲਤਾਂ ਮਿਲਦੀਆਂ, ਸਾਰੀਆਂ ਤੁਹਾਡੇ ਬੱਚੇ ਨੂੰ ਸਹੂਲਤਾਂ ਮਿਲਣੀਆਂ ਆ, ਠੀਕ ਹੈ ਜੀ। ਤੁਹਾਡਾ ਮੈਡੀਕਲ ਸਾਰਾ ਕੁਛ ਫਰੀ ਹੋਣਾ ਆ। ਵਾਈਫ ਤੁਹਾਡੀ ਨਾਲ ਆਉਂਦੀ ਆ, ਅਤੇ ਉਹ ਓਪਨ ਵਰਕ ਪਰਮਿਟ ਕਿਤੇ ਵੀ ਕਰ ਸਕਦੀ ਹੈ, ਪਰ ਤੁਸੀਂ ਆਪਣਾ ਜੋ ਜਿਸ ਬਿਜ਼ਨਸ ਦੀ ਪਲੈਨਿੰਗ ਕਰਕੇ ਆਏ ਆ, ਤੁਸੀਂ ਉਹੀ ਕਰ ਸਕਦੇ ਆ, ਠੀਕ ਹੈ ਜੀ।
ਤੇ ਇਹਦੇ ਵਿੱਚ ਟਾਈਮ ਕਿੰਨਾ ਲੱਗਦਾ? ਜਿਹੜੇ ਪੁਰਾਣੇ ਵਰਕ ਪਰਮਿਟ ਸੀਗੇ ਹੈ ਨਾ, ਉਹਨਾਂ 'ਚ 8-9 ਮਹੀਨੇ ਲੱਗ ਜਾਂਦੇ ਸੀਗੇ, ਉਹਨਾਂ 'ਚ ਟਾਈਮ ਬਹੁਤ ਲੱਗਦਾ ਸੀ। ਪਰ ਜਿਹੜਾ ਇਹਨੇ ਇਹ ਕੀਤਾ, ਇਹਨੇ ਸ਼ੋਰਟ ਕਰ ਦਿੱਤਾ ਆ, ਇਹ 4 ਮਹੀਨੇ ਦੇ ਵਿੱਚ ਵਿੱਚ ਤੁਹਾਨੂੰ ਵੀਜ਼ਾ ਮਿਲ ਜਾਣਾ ਆ। ਸਾਰਾ ਕੁਛ ਅਪਲਾਈ ਕਰਨ ਤੋਂ ਬਾਅਦ 4 ਮਹੀਨੇ ਦੇ ਵਿੱਚ ਵਿੱਚ ਇਹਨੇ ਸਾਰਾ ਕੁਛ ਵੀਜ਼ਾ ਦੇ ਦੇਣਾ ਤੁਹਾਨੂੰ। ਅਤੇ ਰਿਫਿਊਜਰ ਚਾਂਸ ਕਿੰਨੇ ਕਿਆ, ਦੇਖੋ ਜਦੋਂ ਇਹਨੇ ਤੁਹਾਡੀ ਇੰਟਰਵਿਊ ਦਿੱਲੀ ਲੈਣੀ ਆ, ਅਤੇ ਉੱਥੇ ਡਿਸਾਈਡ ਹੋਣਾ ਆ ਤੁਹਾਨੂੰ ਵੀਜ਼ਾ ਮਿਲਣਾ ਜਾਂ ਨਹੀਂ ਮਿਲਣਾ। ਅਤੇ ਨਹੀਂ ਤਾਂ ਫਿਰ ਜੋ ਵੀ ਦਿੱਲੀ ਅੰਬੈਸੀ ਦੀ ਫੀਸ ਆ, ਜੋ ਇੱਥੇ ਇੰਗਲੈਂਡ ਦੇ ਵਿੱਚ ਡਾਕੂਮੈਂਟਾਂ ਦੀ ਫੀਸ ਆ ਅਪਲਾਈ ਕਰਨ ਦਾ, ਉਹ ਤਾਂ ਤੁਹਾਡਾ ਜਾਂਦਾ ਲੱਗਣਾ ਆ, ਠੀਕ ਆ। ਅਤੇ ਜੇ ਤੁਹਾਡਾ ਕੇਸ ਸਟਰੋਂਗ ਆ ਅਤੇ ਤੁਸੀਂ ਔਲਰੇਡੀ ਕੋਈ ਬਿਜ਼ਨਸ ਕਰਦੇ ਆ, ਤੁਹਾਡੇ ਕੋਲ ਐਕਸਪੀਰੀਅੰਸ ਹੈਗੇ ਆ ਬਿਜ਼ਨਸ ਨੂੰ ਲੈ ਕੇ, ਅਤੇ ਜਿੱਦਾਂ ਮਤਲਬ ਕਿ ਮੰਨਿਆ ਜਾਂਦਾ ਆ ਕਿ ਜਿਹੜੇ ਬਾਣੀਏ ਲਾਲੇ ਲੋਕ ਆ, ਇਹ ਬਹੁਤ ਇਹਨਾਂ ਚੀਜ਼ਾਂ 'ਚ ਐਕਸਪਰਟ ਹੁੰਦੇ ਆ, ਅਤੇ ਸਾਡੇ ਜਿਹੜੇ ਖਾਸ ਕਰਕੇ ਜੱਟ ਲੋਕ ਹੁੰਦੇ ਆ, ਘੱਟ ਹੀ ਹੁੰਦੇ ਆ ਇਹਨਾਂ ਚੀਜ਼ਾਂ ਦੇ ਵਿੱਚ। ਅਤੇ ਜੇ ਤੁਸੀਂ ਬਿਲਕੁਲ ਤੁਹਾਨੂੰ ਬਿਜ਼ਨਸ ਬਾਰੇ ਜਾਣਕਾਰੀ ਹੈਗੀ, ਨੌਲੇਜ ਹੈਗੀ ਆ, ਅਤੇ ਫਿਰ ਹੀ ਤੁਸੀਂ ਇਹਦੇ ਵਿੱਚ ਟਰਾਈ ਕਰਿਓ। ਪਰ ਇਹਦੇ ਵਿੱਚ 3 ਸਾਲ ਬਾਅਦ PR ਦੇ ਰਹੇ ਆ, 3 ਸਾਲ ਬਾਅਦ PR ਪੂਰੀ ਫੈਮਿਲੀ ਨੂੰ PR, ਅਤੇ ਬੱਚੇ ਕਿੰਨੀ ਏਜ ਤੱਕ ਜਾ ਸਕਦੇ, 12 ਸਾਲ ਤੋਂ ਘੱਟ ਏਜ ਦੇ ਬੱਚੇ ਨਾਲ ਜਾ ਸਕਦੇ ਆ। ਜੇ ਬੱਚਿਆਂ ਦੀ ਏਜ ਤੁਹਾਡੀ 12 ਸਾਲ ਤੋਂ ਉੱਪਰ ਹੈ ਫਿਰ ਨਹੀਂ ਨਾਲ ਜਾ ਸਕਦੇ, 12 ਸਾਲ ਤੋਂ ਘੱਟ ਘੱਟ ਏਜ ਦੇ ਬੱਚੇ ਨਾਲ ਜਾ ਸਕਦੇ ਆ। ਔਰ ਬੱਚੇ ਭਾਵੇਂ 2 ਆ 3 ਆ 4 ਆ ਸਾਰੇ ਨਾਲ ਜਾ ਸਕਦੇ ਆ, ਵਾਈਫ ਇੱਕੋ ਹੀ ਚਾਹੀਦੀ ਆ, ਠੀਕ ਹੈ ਜੀ, ਅਤੇ ਬੱਚੇ ਸਾਰੇ ਨਾਲ ਜਾ ਸਕਦੇ ਆ। ਅਤੇ ਜੇ ਤੁਹਾਡੇ ਮੋਮ ਡੈਡ ਹੈਗੇ ਆ ਅਤੇ ਉਹ ਵੀ ਨਾਲ ਜਾ ਸਕਦੇ ਆ, ਉਹ ਵੀ ਨਾਲ ਜਾ ਸਕਦੇ ਆ। ਇਹਦਾ ਮਤਲਬ ਕਿ ਇੰਨੀ ਬਹੁਤ ਵਧੀਆ ਇਹ ਵੀਜ਼ਾ ਲਾਂਚ ਕੀਤਾ ਆ, ਇਹਦੀ ਡਿਟੇਲ ਇੱਕ ਅੱਧੇ ਦਿਨ 'ਚ ਆ ਜਾਣੀ ਆ ਸਾਰੇ ਡਾਕੂਮੈਂਟ, ਅਤੇ ਮੈਂ ਇੱਕ ਵੀਡੀਓ ਇਹ 'ਤੇ Part 2 ਹੋਰ ਬਣਾਊਂਗਾ। ਪਰ ਇਹ ਅਪੀਲ ਆ, ਜਿਨ੍ਹਾਂ ਕੋਲ ਐਕਸਪੀਰੀਅੰਸ ਹੈਗਾ ਕਿਸੇ ਵੀ ਬਿਜ਼ਨਸ ਦਾ, ਕਿਸੇ ਵੀ ਬਿਜ਼ਨਸ ਦਾ, ਭਾਵੇਂ ਉਹ ਰੈਸਟੋਰੈਂਟ ਆ, ਟੇਕਵੇ ਆ, ਕੋਈ ਕੱਪੜੇ ਦੀ ਸ਼ੋਪ ਆ, ਜਾਂ ਕਿਸੇ ਵੀ ਹੋਰ ਚੀਜ਼ ਦਾ ਬਿਜ਼ਨਸ ਆ, ਅਤੇ ਜੇ ਐਕਸਪੀਰੀਅੰਸ ਹੈਗਾ ਆ ਤਾਂ ਫਿਰ ਹੀ ਹੱਥ ਪਾਇਓ, ਨਹੀਂ ਤਾਂ ਇਹਦੇ ਵਿੱਚ ਘੱਟੋ ਘੱਟ ਨਹੀਂ ਤਾਂ 2-2.5 ਲੱਖ 1.5-2 ਲੱਖ ਰੁਪਈਏ ਦੇ ਲਾਗੇ ਤੁਹਾਡਾ ਖਰਾਬ ਹੋਣਾ ਆ। ਕਿਉਂਕਿ ਇਹਦੇ ਵਿੱਚ ਪਰ ਪਰਸਨ ਹੀ ਫੀਸ ਹੀ ਤਕਰੀਬਨ 35-50 ਹਜ਼ਾਰ ਦੇ ਵਿੱਚ ਆ ਇੱਕ ਬੰਦੇ ਦੀ। ਅਤੇ ਜੇ ਤੁਸੀਂ ਫੈਮਿਲੀ 'ਚ 3-4 ਜਣੇ ਆ ਤਾਂ ਤੁਸੀਂ ਫੀਸ ਹੀ ਲਾ ਲਓ, ਕਿੰਨੀ ਜ਼ਿਆਦਾ ਤੁਹਾਡੀ ਫੀਸ ਹੀ ਜਾਣੀ ਆ। ਅਤੇ ਉਸ ਤੋਂ ਬਾਅਦ ਫਿਰ ਤੁਹਾਡਾ ਪੇਪਰ ਪੁਪਰ ਰੈਡੀ ਕਰਨ ਦੇ ਪੈਸੇ, ਤਾਂ ਇੱਧਰ ਜਿਹੜੇ UK ਦੇ ਵਿੱਚ ਸਭ ਕੁਝ ਰੈਡੀ ਕਰਨਾ ਆ ਉਹਦੇ ਪੈਸੇ, ਅਤੇ ਕਾਫੀ ਮੋਟਾ ਨੁਕਸਾਨ ਹੋਣਾ ਆ। ਅਤੇ ਜੇ ਤੁਸੀਂ ਬਿਲਕੁਲ ਟ੍ਰੇਨਡ ਹੋ ਬਿਜ਼ਨਸ ਵਿੱਚ ਫਿਰ ਹੀ ਹੱਥ ਪਾਇਓ। ਪਰ ਇਹ ਆ, ਜਿਨ੍ਹਾਂ ਵਾਸਤੇ ਤਾਂ ਬਿਜ਼ਨਸ ਚੁਟਕਿਆਂ ਦੀ ਖੇਡ ਆ, ਕੋਈ ਗੱਲ ਨਹੀਂ, ਪੂਰਾ ਐਕਸਪਲਟ ਆ, ਉਹਨਾਂ ਵਾਸਤੇ ਮੌਕਾ ਬਹੁਤ ਜ਼ਬਰਦਸਤ ਆ। ਪੂਰੀ ਫੈਮਿਲੀ 3 ਸਾਲ ਬਾਅਦ UK ਦੇ ਵਿੱਚ ਪੱਕੀ PR, ਅਤੇ ਨਾਲ ਤੁਹਾਨੂੰ ਸਹੂਲਤਾਂ ਵੀ ਸਾਰੀਆਂ, ਅਤੇ ਹੋਰ ਕੀ ਚਾਹੀਦਾ ਆ। ਅਤੇ ਇੱਕ ਅੱਧੇ ਦਿਨ 'ਚ ਮੈਂ ਬਾਕੀ ਡਾਕੂਮੈਂਟਾਂ ਦੇ ਨਾਲ ਲੈ ਵੀਡੀਓ ਪਾਊਂਗਾ, ਅਤੇ ਉਹ ਵੀਡੀਓ ਜ਼ਰੂਰ ਦੇਖਿਓ। ਅਤੇ ਥੈਂਕ ਯੂ ਸਾਰੇ ਭੈਣ ਭਰਾਵਾਂ ਨੂੰ, ਸਤਿ ਸ਼੍ਰੀ ਅਕਾਲ, ਅਤੇ ਆਪਣਾ ਖਿਆਲ ਰੱਖਿਓ।